ਸੂਬੇ ਅੰਦਰ ਲੰਪੀ ਸਕਿਨ ਲਾਲ ਬਹੁਤ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਪੰਜਾਬ ਸਰਕਾਰ ਨੇ ਮਆਫੀ ਦੇਣ ਦੀ ਗੱਲ ਕੀਤੀ ਸੀ ਸੈਂਟਰ ਨੂੰ ਕੇਸ ਭੇਜਿਆ ਸੀ ਲੇਕਿਨ ਸੈਂਟਰ ਨੇ ਕੋਰੀ ਨਾ ਕਰ ਦਿੱਤੀ ਆ ਪੰਜਾਬ ਨੂੰ ਗੂਠਾ ਦਿਖਾ ਦਿੱਤਾਗਾ ਕਿ ਇਸ ਮਸਲੇ ਦੇ ਵਿੱਚ ਸੈਂਟਰ ਪੰਜਾਬ ਦੀ ਬਾਹਰ ਨਹੀਂ ਫੜ ਸਕਦਾ ਇਹ ਤੁਹਾਨੂੰ ਆਪ ਹੀ ਪ੍ਰਬੰਧ ਕਰਨਾ ਪੈਣਾ ਤੁਹਾਨੂੰ ਆਪ ਹੀ ਪੈਸੇ ਦੇਣੇ ਪੈਣਗੇ ਪੀੜਤ ਉਹਨਾਂ ਨੂੰ ਜਿਨ੍ਹਾਂ ਦੇ ਡੰਗਰ ਇਸ ਲੰਪੀ ਸਕਿਨ ਦੇ ਨਾਲ ਮਰ ਗਏ ਨੇ ਸੈਂਟਰ ਸਰਕਾਰ ਕਹਿ ਰਹੀ ਕਿ ਪਸ਼ੂ ਪਾਲਣ ਦਾ ਮਸਲਾ ਸੂਬਿਆਂ ਦਾ ਨਿੱਜੀ ਵਿਸ਼ਾ ਤੇ ਕੇਂਦਰ ਕੋਲ ਮਾਫਜ਼ਾ ਦੇਣ ਦੀ ਕੋਈ ਅਜਿਹੀ ਸਕੀਮ ਨਹੀਂ ਹੈ 1 ਲੱਖ 74927 ਜਿਹੜੇ ਪਸ਼ੂ ਨੇ ਉਹਨਾਂ ਨੂੰ ਇਹ ਲੰਮੀ ਜਿਹੜੀ ਬਿਮਾਰੀ ਲੰਪੀ ਸਕਿਨ ਬਿਮਾਰੀ ਦਾ ਸ਼ਿਕਾਰ ਹੋਏ ਸੀ ਤੇ ਜਿਹਦੇ ਚੋਂ 127604 ਦੇ ਕਰੀਬ ਜਿਹੜੇ ਗੋਕਾ ਜਿਹੜੇ ਪਸ਼ੂ ਸਨ ਉਹ ਠੀਕ ਹੋ ਗਏ ਸਨ ਖਾਸ ਕਰਕੇ ਗੋਕਾ ਪਸ਼ੂਆਂ ਨੂੰ ਇਹ ਬਿਮਾਰੀ ਪਈ ਸੀ ਕਾਫੀ ਬਿਮਾਰੀ ਪੰਜਾਬ ਵਿੱਚ ਫੈਲੀ ਹੈਗੀ ਔਰ ਚਮੜੀ ਦੀ ਬਿਮਾਰੀ ਕਿਆ ਜਾਂਦਾ ਸੀ ਇਹਨਾਂ ਨੂੰ ਗੋਗਾ ਜਿਹੜੇ ਪਸ਼ੂ ਨੇ ਔਰ ਉਹਦੇ ਕਾਰਨ ਪੰਜਾਬ 'ਚ 17932 ਪਸ਼ੂਆਂ ਦਾ ਮਾਫਜਾ ਦੇਣ ਤੋਂ ਕੇਂਦਰ ਨੇ ਹੁਣ ਕੋਰੀ ਨਾ ਕਰ ਦਿੱਤੀ ਆ ਸਿਰ ਪੰਜਾਬ ਨੇ ਉਹਨੇ ਕਹਿ ਗਿਆ ਕਿਸੇ ਵੀ ਸੂਬੇ ਨੂੰ ਇਸ ਬਿਮਾਰੀ ਨੂੰ ਲੈ ਕੇ ਮਾਫਜਾ ਨਹੀਂ ਦਿੱਤਾ ਜਾ ਸਕਦਾ ਤੇ ਇਸ ਲਈ ਹੁਣ ਪੰਜਾਬ ਸਰਕਾਰ ਨੂੰ ਆਪਣੀ ਜੇਬ ਚੋਂ ਹੀ ਆਪਣੇ ਪੱਧਰ ਤੇ ਹੀ ਮਾਫਜੇ ਦੀ ਪਰਭਾਈ ਕਰਨੀ ਪੈਗੀ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੂੰ ਚਿੱਠੀ ਲਿਖੀ ਸੀ ਔਰ ਉਸ ਚਿੱਠੀ ਦਾ ਜਵਾਬ ਜੋ ਜਾਣਕਾਰ ਦੱਸਦੇ ਨੇ ਕਿ ਉਹ ਕੋਰੀ ਨਾ ਦੇ ਤੌਰ ਤੇ ਆਇਆ ਤੇ ਹੁਣ ਪੰਜਾਬ ਸਰਕਾਰ ਨੂੰ ਆਪਣੇ ਬਲਬੁਤੇ ਹੀ ਮਾਫੀਆ ਕਰ ਦੇਣਾ ਪਊਗਾ ਕੇਂਦਰ ਸਰਕਾਰ ਵੱਲ ਚੰਬੜੀ ਦੀ ਬਿਮਾਰੀ ਨੂੰ ਕੌਮੀ ਆਫਤ ਵੀ ਐਲਾਨਣ ਤੋਂ ਇਨਕਾਰ ਕਰ ਦਿੱਤਾਗਾ ਜਿਸ ਕਾਰਨ ਕੁਦਰਤੀ ਆਫਤ ਫੰਡ ਵਿੱਚੋਂ ਵੀ ਇਸ ਦਾ ਮਾਫੀਆ ਪੰਜਾਬ ਸਰਕਾਰ ਨਹੀਂ ਦੇ ਨਹੀਂ ਦੇ ਸਕਦੀ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਬਿਮਾਰੀ ਨੂੰ ਨੋਟੀਫਾਈ ਨਹੀਂ ਕੀਤਾ ਸੀ ਹਾਲਾਂਕਿ ਕਿਸੇ ਵੇਲੇ ਜਿਹੜੇ ਬਿਮਾਰੀ ਫੈਲ ਜਾਵੇ ਅਜਿਹੇ ਕੇਸਾਂ ਦੇ ਵਿੱਚ ਤੇ ਨੋਟੀਫਾਈਡ ਕੀਤੀ ਜਾਂਦੀ ਹੈਗੀਆ ਲੇਕਿਨ ਸਰਕਾਰ ਨੇ ਬਹੁਤ ਦੇਰ ਕਰ ਦਿੱਤੀ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ 2 ਮਹੀਨਾ ਦੌਰਾਨ ਦੇਸ਼ ਵਿੱਚ ਜਿਹੜੇ ਪਸ਼ੂਆਂ ਨੂੰ ਚਮੜੀ ਦੀ ਬਿਮਾਰੀ ਜਿਹਨੂੰ ਲੰਪੀ ਸਕਿਨ ਕਹਿੰਦੇ ਨੇ ਹੋਣ ਤੋਂ ਬਾਅਦ ਕਾਫੀ ਹਾਹਾਕਾਰ ਮਚ ਗਈ ਸੀ ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਵੀ ਠੱਪ ਹੋ ਗਿਆ ਸੀ ਕਿਉਂਕਿ ਬਹੁਤ ਕਈ ਪਰਿਵਾਰ ਜਿਹੜੇ ਘਰ ਦੇ ਵਿੱਚ ਖਾਸ ਕਰਕੇ گاਵਾ ਰੱਖ ਕੇ ਪਾਲਦੇਬੀਸੀ ਤੋਂ ਦਾ ਦੁੱਧ ਵੀ ਵੇਚਦਾ ਵੇਚਦੇ ਸੀ ਔਰ ਜ਼ਿਆਦਾ ਕਰਕੇ ਗਾਂਵਾਂ ਨੂੰ ਹੀ ਜਿਹੜੀ ਜ਼ਿਆਦਾ ਬਿਮਾਰੀ ਫੈਲੀ ਆ ਪੰਜਾਬ ਚ ਵੀ ਕਾਫੀ ਕੇਸ ਆਏ ਸੀ ਕਿਉਂਕਿ ਬਹੁਤ ਸਾਰੇ ਉਹਨਾਂ ਦਿਨਾਂ ਦੇ ਵਿੱਚ ਹੀ ਪਸ਼ੂ ਮੇਲੇ ਲੱਗਦੇ ਰਹੇ ਨੇ ਸਰਕਾਰ ਨੇ ਦੇਰ ਕਰ ਦਿੱਤੀ ਹੈਗੀ ਔਰ ਡੰਗਰਾਂ ਦੇ ਐਕਸਚੇਂਜ ਕਰਨ ਇੱਕ ਸਟੇਟ ਤੋਂ ਦੂਜੀ ਸਟੇਟ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਕਰਨੇ ਬਿਮਾਰੀ ਫੈਲ ਗਈ ਇਸ ਬਿਮਾਰੀ ਤੋਂ ਨਜਾਦ ਪਾਉਣ ਲਈ ਕੇਂਦਰ ਸਰਕਾਰ ਦੀ ਮਦਦ ਨਾਲ ਟੀਕਾ ਕਰਨ ਵੀ ਸ਼ੁਰੂ ਕੀਤਾ ਗਿਆ ਸੀ ਪਰ ਟੀਕਾ ਕਰਨ ਤੋਂ ਪਹਿਲਾਂ ਹੀ ਬਿਮਾਰੀ ਬਹੁਤ ਵੱਡੀ ਪੱਧਰ ਤੇ ਫੈਲ ਗਈ ਸੀ ਜਿਸ ਕਾਰਨੇ ਬਹੁਤ ਸਾਰੇ ਪਸ਼ੂ ਵੀ ਮਰ ਗਏ ਸਨ ਪੰਜਾਬ ਵਿੱਚ ਚਮੜੀ ਦੀ ਬਿਮਾਰੀ ਨਾਲ ਕੁੱਲ ਜਿਹੜੇ ਜਿਹੜੇ ਅੰਕੜੇ ਦੱਸਦੇ ਨੇ ਹਾਲਾਂਕਿ ਅੰਕੜੇ ਹੋਰ ਵੀ ਜ਼ਿਆਦਾ ਨੇ ਲੇਕਿਨ ਸਰਕਾਰ ਦੇ ਰਿਕਾਰਡ ਜਿਹੜੇ ਦਰਜ ਹੋਏ ਨੇ ਉਹ 172927 ਜਿਹੜੇ ਪਸ਼ੂ ਨੇ ਪ੍ਰਭਾਵਿਤ ਹੋਏ ਸਨ ਜਿਸ ਨਾਲ ਕੋਈ 27932 ਪਸ਼ੂਆਂ ਦੀ ਮੌਤ ਹੋ ਗਈ ਸੀ ਤੇ ਸਰਕਾਰ ਨੇ ਦਾਅਵਾ ਕੀਤਾ ਸੀ ਕਿ 1279604 ਪਸ਼ੂ ਠੀਕ ਹੋਏ ਸਨ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਟੀਕਾਗੰਦ ਵਾਸਤੇ ਵੀ ਫੰਡ ਜਾਰੀ ਕੀਤੇ ਗਏ ਸੀ ਤੇ ਪੰਜਾਬ ਸਣੇ ਬਾਕੀ ਸੂਬਿਆਂ ਨੂੰ ਵੀ ਪੂਰੀ ਅਮੀਰ ਸੀਗੇ ਸੈਂਟਰ ਸਰਕਾਰ ਬਿਮਾਰੀ ਨੂੰ ਕੌਮੀ ਆਫਤ ਐਲਾਨ ਦੇਗੀ ਜਿਸ ਨਾਲ ਜਿਹੜੇ ਪਰਿਵਾਰ ਜਿਹੜੇ ਦੁੱਧ ਵੇਚਣ ਦਾ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਇੱਕ ਪੰਜਾਬੀ ਅਖਬਾਰ ਦੀ ਖਬਰ ਦੇ ਹਵਾਲੇ ਦੇ ਨਾਲ ਖਬਰ ਛਾਪੀ ਗਈ ਹੈ ਸੱਚ ਕੋ ਨੇ ਉਹਦੇ ਚ ਜਿਹੜੇ ਪਸ਼ੂ ਪਾਲਨ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਉਹਨਾਂ ਦਾ ਵੀ ਬਿਆਨ ਛਾਪਿਆ ਹੈ ਜਿਹੜੇ ਲਾਲਜੀਤ ਪੁੱਲਰ ਨੇ ਦੱਸਿਆ ਅਖਬਾਰ ਨੂੰ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੀ ਇਸ ਕੋਰੀ ਨਾਮ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਹੁਣ ਤੱਕ ਕੇਂਦਰ ਸਰਕਾਰ ਦਾ ਲਿਖਤੀ ਤੌਰ ਤੇ ਪੰਜਾਬ ਸਰਕਾਰ ਨੂੰ ਕੋਈ ਵੀ ਚਿੱਠੀ ਪੱਤਰ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਫੈਸਲੇ ਦਾ ਪੰਜਾਬ ਸਰਕਾਰ ਇੰਤਜ਼ਾਰ ਕਰੇ ਜੇਕਰ ਇਸ ਤਰ੍ਹਾਂ ਦੀ ਕੋਈ ਕੂਰੀ ਨਾ ਵਾਲਾ ਮਸਲਾ ਹੋਇਆ ਤਾਂ ਪੰਜਾਬ ਕੋਈ ਅਗਲਾ ਕਦਮ ਚੁੱਕੇਗਾ ਉਹ ਅਗਲਾ ਖੁਦ ਕਦਮ ਕੀ ਹੋਏਗਾ ਸੈਂਟਰ ਨੂੰ ਦੁਬਾਰਾ ਚਿੱਠੀ ਲਿਖੀ ਕੋਈ ਦੁਬਾਰਾ ਅਪੀਲ ਕੀਤੀ ਜਾਊਗੀ ਜਾਂ ਫਿਰ ਸਰਕਾਰ ਆਪਣੇ ਤੌਰ ਤੇ ਜਿਹੜੇ ਪੀੜਤ ਕਿਸਾਨ ਨੇ ਜਿਹੜੇ ਜਾਂ ਸਹਾਇਕ ਕੁੱਤੇ ਦੇ ਨਾਲ ਜੁੜੇ ਹੋਏ ਸੀ ਦੁੱਧ ਦਾ ਕਾਰੋਬਾਰ ਕਰ ਰਹੇ ਸੀ ਉਹਨਾਂ ਨੂੰ ਮਾਫਜਾ ਦੇਗੀ ਪੰਜਾਬ ਨੇ ਰਿਪੋਰਟ ਵਿੱਚ ਭੇਜਿਆ ਸੀ ਕਿ ਸਾਨੂੰ ਮਾਫਜਾ ਦਿੱਤਾ ਗਿਆ ਪਰ ਹੁਣ ਮਾਫਜੇ ਦੀ ਜਿਹੜੀ ਆਸ ਸੀ ਉਹ ਟੁੱਟ ਗਈ ਹੈਗਾ ਪੰਜਾਬ ਸਰਕਾਰ ਨੇ ਚਮੜੀ ਦੀ ਬਿਮਾਰੀ ਉਸ ਸੰਬੰਧੀ ਟੀਕਾ ਕਰਨ ਤੋਂ ਬਾਅਦ ਸ਼ਿਕਾਰ ਹੋਏ ਪਸ਼ੂਆਂ ਦੀ ਡਿਟੇਲ ਲੇ ਕੇ ਰਿਪੋਰਟ ਸੈਂਟਰ ਸਰਕਾਰ ਨੂੰ ਭੇਜੀ ਸੀ ਕਿ ਇਸ ਰਿਪੋਰਟ ਦਾ ਆਧਾਰ ਬਣਾ ਕੇ ਹੀ ਕੇਂਦਰ ਸਰਕਾਰ ਵੱਲੋਂ ਮਾਫਜਾ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਚਮੜੀ ਦੀ ਬਿਮਾਰੀ ਨੂੰ ਕੌਮੀ ਆਫਤ ਘੋਸ਼ਿਤ ਕਰਨ ਦੀ ਵੀ ਬੇਨਤੀ ਕੀਤੀ ਗਈ ਸੀ ਪਰ ਕੇਂਦਰ ਨੇ ਹੁਣ ਦੋਨੇ ਜਿਹੜੀਆਂ ਮੰਗਾਂ ਨੇ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਨਾ ਉਹ ਹੁਣ ਮਾਫਜਾ ਦੇਗੇ ਨਾ ਇਸ ਨੂੰ ਕੌਮੀ ਆਫਤ ਘੋਸ਼ਿਤ ਕਰਨ ਦੀ ਸਰਕਾਰ ਕੋਈ ਤਕਦੀਰ ਰੱਖਦੀ ਹੈ ਪਰ ਜਿਹੜੇ ਲੰਪੀ ਸਕਿਨ ਦੇ ਨਾਲ ਬਹੁਤ ਸਾਰੇ ਜਿਹੜੇ ਗੋਕਾ ਜਾਨਵਰ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਮੱਝਾਂ ਨੂੰ ਘਟ گاਵਾਂ ਨੂੰ ਜ਼ਿਆਦਾ ਹੋਇਆ ਸੀ ਔਰ ਦੂਜੀ ਗੱਲ ਇਹ ਕਿ ਜਿਹੜੇ ਇਸ ਕਿਤੇ ਨਾਲ ਡੇਰੀ ਫਾਰਮਿੰਗ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹਨਾਂ ਨੇ ਸਰਕਾਰ ਨੂੰ ਵੀ ਦੱਸਿਆ ਸੀ ਕਿ ਬਹੁਤ ਸਾਰੇ ਪਸ਼ੂ ਮਰੇ ਨੇ ਲੇਕਿਨ ਸਰਕਾਰ ਨੇ ਪ੍ਰੋਪਰ ਜਿਹੜੇ ਜਾ ਕੇ ਜਾਣਕਾਰੀ ਇਕੱਠੀ ਨਹੀਂ ਕੀਤੀ ਹੈਗੀ ਕੀ ਕੇ ਜਰੂਰ ਲਗਾਏ ਗਏ ਨੇ ਲੇਕਿਨ ਬਹੁਤ ਜਿਆਦਾ ਉਦੋਂ ਨੁਕਸਾਨ ਹੋ ਚੁੱਕਾ ਹੈ ਲੇਕਿਨ ਹੁਣ ਸੈਂਟਰ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਹੈਗਾ ਦੇਖਦੇ ਕਿ ਜਿਹੜੇ ਪੀੜਤ ਕਿਸਾਨ ਨੇ ਜਿਨ੍ਹਾਂ ਦੇ ਗੋਕੇ ਪਸ਼ੂ ਮਰੇ ਨੇ ਜਾਂ ਲੰਬੀ ਸਕਿਨ ਨਾਲ ਜਿਹੜੇ ਪਸ਼ੂ ਮਰੇ ਆ ਗਏ ਨੇ ਉਹਨਾਂ ਦਾ ਜਿਹੜਾ ਮਾਪ ਜਾ ਉਹ ਪੰਜਾਬ ਸਰਕਾਰ ਨੂੰ ਆਪਣੀ ਜੇਬ ਚ ਦੇਗੀ ਆਪਣੇ ਪੱਲੇ ਉਹ ਦੇਗੀ ਉਹ ਦੂਜੀ ਗੱਲ ਹੈ ਕਿ ਜਿਹੜੀਆਂ ਮੱਜਾਂ ਦਾ ਜਾਂ ਗਾਵਾਂ ਦਾ ਹੁਣ ਮਾੜੀ ਤੋਂ ਮਾੜੀ ਮੱਜ ਗਾਂ ਵੀ ਖਰੀਦ ਨਹੀਂ ਵਿਦੋ ਉਹਨਾਂ ਦੀ ਕੀਮਤਾਂ ਲੱਖ ਰੁਪਏ ਤੋਂ ਜ਼ਿਆਦਾ ਗਿਆ ਤੇ ਕਈ ਇਦਾਂ ਦੇ ਪਰਿਵਾਰ ਵੀ ਵੇਏ ਸੀ ਕਿ ਦੋ ਦੋ ਤਿੰਨ ਦਿਨ ਉਹਨਾਂ ਦੇ ਡੰਗਰ ਮਰ ਗਏ ਸੀ ਜਿਸ ਕਰਕੇ ਇਹ ਬੜੀ ਵੱਡੀ ਤਬਾਹੀ ਸੀ ਲੋਕਾਂ ਦੀ ਕਿ ਇੱਕ ਪਹਾੜ ਟੁੱਟਾ ਸੀ ਕਿ ਜਿਨ੍ਹਾਂ ਦਾ ਗੁਜ਼ਾਰਾ ਦੁੱਧ ਵੇਚ ਕੇ ਹੁੰਦਾ ਸੀ ਉਹਨਾਂ ਦੇ ਇਸ ਲੰਬੀ ਸਕਿਨ ਦੀ ਬਿਮਾਰੀ ਨਾਲ ਡੰਗਰ ਮਰ ਗਏ ਸੀ ਉਹ ਹੁਣ ਮਾਫਜੇ ਦੀ ਇੰਤਜ਼ਾਰ ਕਰ ਰਹੇ ਨੇ ਕਿ ਸਰਕਾਰ ਉਹਨਾਂ ਨੂੰ ਮਾਫਜਾ ਦੇਗੀ ਲੇਕਿਨ ਹੱਲੇ ਤੱਕ ਸਰਕਾਰ ਨੇ ਮਾਪਜ ਆਪਣੀ ਜੇਬ ਚੋਂ ਦੇਣ ਦੀ ਬਜਾਏ ਸੈਂਟਰ ਨੂੰ ਅਰਜ਼ੋਈ ਕੀਤੀ ਤੇ ਸੈਂਟਰ ਨੇ ਕੋਈ ਨਾ ਕਰ ਦਿੱਤੀ ਇਦਾਂ ਦੀਆਂ ਆਫਤਾਂ ਆਉਂਦੀਆਂ ਰਹਿੰਦੀਆਂ ਆਗੀਆਂ ਇੱਕ ਕਈ ਵਾਰ ਜਿਹੜੇ ਜਿਹੜੇ ਖਾਸ ਕਰਕੇ ਜਿਹੜੇ ਮੁਰਗੇ ਪਾਲਣ ਦਾ ਕੰਮ ਕਰਦੇ ਕੀਤਾ ਕਰਦੇ ਆਗੇ ਨਾ ਉਹ ਕਈ ਵਾਰ ਬਿਮਾਰੀ ਫੈਲ ਚੁੱਕੀ ਹੈ ਬਰਡ ਫਲੂ ਬਿਮਾਰੀ ਫੈਲ ਚੁੱਕੀ ਉਦੋਂ ਵੀ ਸਰਕਾਰ ਨੋਟੀਫਾਈ ਕਰ ਦਿੰਦੇ ਹੁੰਦੇ ਆ ਲੇਕਿਨ ਇਸ ਵਾਰ ਇਹ ਲੰਪੀ ਸਕਿਨ ਦੇ ਮਸਲੇ ਸਰਕਾਰ ਨੇ ਨੋਟੀਫਾਈ ਨਹੀਂ ਕੀਤਾ ਹਾਲਾਂਕਿ ਸੂਰਾਂ ਦਾ ਜਦੋਂ ਕਾਰੋਬਾਰ ਵੀ ਬਹੁਤ ਸਾਰੇ ਲੋਕ ਕਰਦੇ ਆਗੇ ਨੇ ਤੇ ਜਦੋਂ ਸਵਾਈਨ ਫਲੂ ਫੈਲਿਆ ਸੀ ਉਦੋਂ ਲੋਕਾਂ ਦੇ ਜਿਨ੍ਹਾਂ ਨੇ ਘਰਾਂ ਸੂਰ ਰੱਖੇ ਸੀ ਸੂਰ ਦਾ ਕਾਰੋਬਾਰ ਕਰਦੇ ਸੀ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਸਵਾਲ ਹੈ ਕਿ ਜਦ ਸਵਾਈਨ ਫਲੂ ਫੈਲਦਾ ਜਾਂ ਬਰਡ ਫਲੂ ਫੈਲਿਆ ਸੀ ਜਿਸ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਸੀ ਉਹਨਾਂ ਦਾ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਉਦੋਂ ਫਿਰ ਉਹ ਬਿਮਾਰੀ ਨੂੰ ਸਰਕਾਰ ਨੋਟੀਫਾਈ ਕਰ ਦਿੰਦੀ ਹੈ ਨੋਟੀਫਾਈ ਜੋ ਕੀਤਾ ਜਾਂਦਾ ਉਦੋਂ ਮਾਪਜੇ ਦੀ ਆਸ ਵੱਜ ਜਾਂਦੀ ਹੈ ਹੈ ਤਕੀ ਇਸ ਮਸਲੇ ਚ ਪੰਜਾਬ ਸਰਕਾਰ ਨੇ ਲੰਪੀ ਸਕਿਨ ਦੇ ਮਸਲੇ ਚ ਨੋਟੀਫਾਈ ਕੀਤਾ ਕਿ ਨਹੀਂ ਕੀਤਾ ਕਿਉਂਕਿ ਜੇ ਨੋਟੀਫਾਈ ਕੀਤਾ ਗਿਆ ਕਿਸੇ ਨਾ ਕਿਸੇ ਫੰਡ ਚੋਗ ਸਰਕਾਰ ਜਿਹੜੇ ਪੀੜਤ ਕਿਸਾਨ ਹੁੰਦੇ ਜਾਂ ਜਿਹੜੇ ਇਸ ਕਿੱਤੇ ਦੇ ਨਾਲ ਲੋਕ ਜੁੜੇ ਹੁੰਦੇ ਨੇ ਉਹਨਾਂ ਨੂੰ ਮਾਫਜ਼ੀ ਦੇ ਸਕਦੇ ਉਹਦੇ ਚ ਕੋਈ ਕਾਨੂੰਨੀ ਅੜਚਣ ਨਹੀਂ ਹੁੰਦੀ ਲੇਕਿਨ ਲੰਪੀ ਸਕਿਨ ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਦੋਨਾਂ ਦਾ ਜਿਹੜਾ ਰੋਖਾ ਕੋਣਾ ਹੀ ਰਿਹਾ ਹੈਗਾ ਕਿ ਇਸ ਮਸਲੇ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਘਰ-ਘਰ ਲੋਕਾਂ ਨੇ ਡੱਗਾ ਰੱਖੇ ਹੁੰਦੇ ਤੇ ਜਿਹੜੇ ਸੂਰਾਂ ਦਾ ਕਾਰੋਬਾਰ ਜਾਂ ਮੁਰਗੇ-ਮੁਰਗੀਆਂ ਦਾ ਕਾਰੋਬਾਰ ਆ ਉਹ ਲੋਕਾਂ ਦਾ ਗਿਣਾ ਚੁਣੇ ਲੋਕਾਂ ਦਾ ਹੁੰਦਾ ਸ਼ਾਇਦ ਇਸ ਕਰਕੇ ਸਰਕਾਰ ਨੂੰ ਲੱਗਣਾ ਕਿ ਕਿਸਾਨਾਂ ਦਾ ਤੇ ਕੋਈ ਗੱਲ ਨਹੀਂ ਕਿਸਾਨ ਤੇ ਇਦਾਂ ਹੀ ਲੜਦੇ ਝਗੜਦੇ ਰਹਿੰਦੇ ਆ ਕਿ ਨਹੀਂ ਤੇ ਔਰ ਇਸ ਨੂੰ ਕੀ ਮਾਫੀਆ ਦੇਣਾ ਹੈਗਾ ਕਿਸਾਨ ਹਮੇਸ਼ਾ ਹੀ ਸਰਕਾਰਾਂ ਨੂੰ ਰੜਕਦੇ ਰਹੇ ਆਗੇ ਨੇ ਤੇ ਸ਼ਾਇਦ ਹੋ ਸਕਦਾ ਕਿ ਇਸ ਮਸਲੇ ਦੇ ਵਿੱਚ ਕਿਸਾਨਾਂ ਨੂੰ ਸਬਕ ਸਿਖਾਉਣ ਵਾਲਾ ਵੀ ਕੋਈ ਪਹਿਲੂ ਹੋਵੇ ਇਕਨ ਉਮੀਦ ਕਰਦੇ ਆਂ ਕਿ ਇਸ ਮਸਲੇ ਤੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਖਾਸ ਕਰਕੇ ਲੰਬੀ ਸਕੀਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਡੰਗਰ ਮਰ ਗਏ ਸੀ ਉਹਨਾਂ ਨੂੰ ਮਾਫ਼ੀ ਜਤਾ ਦੇਣਾ ਬੰਦ ਆਈ ਆ ਫਿਰ ਫਿਲਹਾਲ ਦੇਖਦੇ ਆਂ ਕਿ ਲਾਲਜੀਤ ਪੁੱਲਰ ਜੋ ਪੰਜਾਬ ਦੇ ਪਸ਼ੂ ਪਾਲਨ ਮੰਤਰੀ ਉਹਨੇ ਕਿਹਾ ਕਿ ਹਲੇ ਤੱਕ ਸੈਂਟਰ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ ਸੈਂਟਰ ਸਰਕਾਰ ਦਾ ਜਵਾਬ ਆਵੇ ਜਾਂ ਨਾ ਆਵੇ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਆ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇ ਦਿਰੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ